इन्ना साढ़े ते तशद्दुद हो गया, अज 70 दिन हो गए सानू उत्थे बैठा होया, साढ़े बजुर्गों नू, साढ़े बच्चों नू, साढ़ियां मावां भैणां, साडा हाल की है सड़कों के उत्ते। लोगों नू लगता पता नहीं कि उत्थे लंगर लगे आ जां की उत्थे लोग नज़ारे लै रहे, मन दुखिया। जिथे साडे किसान इन्ने औखे ने, असीं वी उन्हां दे नाल औखे समें च नाल खड़ांगे, उन्हां दा पूरा साथ देंगे। जदों तक ये रूप कानून रद्द नहीं होंदे उदों तक जिहड़ा असीं कोई भी बॉलीवुड फिल्म दी इत्थे शूटिंग जिहड़ी आ उहनूं परमिशन नहीं होण देंगे। 70 दिन हो गए ने, हुण इह लगदा है कि मसला हल हो सकदा है या फिर इह अंदोलन दा भविख की होएगा। सरकार दा रवैया जिहड़ा डिक्टेटरशिप वाला हो गया जी। सरकार ने उत्थे जिस तरह हुण कंधां बनाउणियां शुरू कर सरिये गड़ते, उन्होंने सरिये गड़ दित्ते है। इह किस तरह दीआं हरकतां ने, तुसीं सानूं अपणे तों अलग करना चाहुंदे हो। 26 जनवरी की जो घटनाक्रम वापरिया उस तो बाद वखरेवें बड़े पैने शुरू हो गए ने। तुहानू लगदा नहीं कि यह बड़ा मारू साबित हो सकता है साढ़े बंदे वास्ते? अज के समय साढ़ा 250 बच्चा जिहड़ा पुलिस ने अरैसट किया होया बिना किसी गल के, उन्होंने पता नहीं की धारा ला दित्तियां। मैनू शर्म आउंदी इस कंट्री दे विच रहिंदे होए कि साढ़े ही लोग जिहड़े किसानों का अन्न खा रहे हैं, साढ़े किसानों के उत्ते इहो जिहा तशद्दुद कर रहे हैं। साढ़े जिन्ने कलाकार सी पंजाब दे, उन्होंने बहुत दिलों साथ दिता किसानी का। बॉलीवुड के एक भी बंदे ने, प्रियंका चोपड़ा तां एक दुक्का होरां नूं छड्ड के, किसी बंदे ने साढ़े हक दे विच किसानां दे हाँ का नारा नहीं मारिया। सनी देओल साडा जिहड़ा हैगा पंजाब दा मैंबर पार्लीमेंट जी, मैंबर पार्लीमेंट सिंगा जंपल भी, उह तां पंजाब दा ही है, जंपल परिवार है इत्थों दा जी। उह इक खाली इन्ना ही कह दिंदा वी मैं किसानां दे नाल खड़ा, ठीक है उहदी प्रॉब्लम होगी, पार्टीबाजी की प्रॉब्लम हो सकती है, पर इन्नी गल कहण च हर्ज की सी। तुहाडे साथी कलाकार जिन्हां च सोनिया मानवी ने, उन्हां नूं कुछ धमकियां भी आईयां ने, तुहाडी कोई गल होई उन्हां नाल, की मसला सी? उह 10 दिनां दा सरकार नूं अल्टीमेटम दईए ਵੀ ਜੇ ਤੁਸੀਂ ਕਾਨੂੰਨ ਜਿਹੜੇ ਰੱਦ ਨਹੀਂ ਕਰਦੇ ਤਾਂ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ ਵੀ ਅਸੀਂ ਆਉਣ ਵਾਲੇ 10 ਦਿਨਾਂ ਬਾਅਦ ਜਿਹੜਾ ਹੈਗਾ ਵਾਪਸ ਮੁੜ ਜਾਵਾਂਗੇ ਇੱਥੋਂ ਅਤੇ ਅਸੀਂ ਜਾ ਕੇ ਖੇਤੀ ਬਿਲਕੁਲ ਬੰਦ ਕਰ। ਸ਼ਹਿਰ ਦੇ ਲੋਕਾਂ ਦੀ ਕੋਈ ਕੁਛ ਵੀ ਨਾ ਪੁੱਛਦਾ ਕਰੋ, ਇਹਨਾਂ ਦੇ ਨਾ ਮੈਂ ਕਹਿੰਦਾ ਅੱਖਾਂ ਬਾਹਰ ਆ ਜਾਣਗੀਆਂ ਮੋਦੀ ਹੋਣਾਂ ਦੀਆਂ, ਇਹਨਾਂ ਨੂੰ ਪਤਾ ਲੱਗ ਜੂਗਾ ਕਿਸਾਨੀ ਕੀ ਹੈ। ਅੱਜ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ, ਖਾਲਿਸਤਾਨੀ ਕਹਿ ਰਿਹਾ, ਇਹਨਾਂ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਦੀ ਅਹਿਮੀਅਤ ਕੀ ਸੀ ਅੰਨਦਾਤੇ ਦੀ। ਦਰਸ਼ਕੋ ਸਵਾਗਤ ਹੈ ਤੁਹਾਡਾ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼, ਮੈਂ ਹਾਂ ਤੁਹਾਡਾ ਹੋਸਟ ਨੀਲ ਭੁਲਿੰਦਰ ਸਿੰਘ। ਕਿਸਾਨ ਅੰਦੋਲਨ ਪੂਰੇ ਜੋਬਨ 'ਤੇ ਹੈ, ਲਗਭਗ ਹਰ ਵਰਗ ਆਪਣਾ ਜੋ ਵੀ ਤਿਲ ਫੁੱਲ ਇਸ ਅੰਦੋਲਨ 'ਚ ਪਾ ਸਕਦਾ ਹੈ, ਆਪਣੀ ਪੂਰੀ ਤਨਦੇਹੀ ਨਾਲ ਉਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਮਾਂ ਦੀਆਂ ਸ਼ੂਟਿੰਗਾਂ ਉੱਤਰੀ ਭਾਰਤ ਖਾਸ ਕਰ ਪੰਜਾਬ 'ਚ ਅਕਸਰ ਹੁੰਦੀਆਂ ਰਹਿੰਦੀਆਂ ਨੇ। ਲਗਭਗ ਬਾਲੀਵੁੱਡ ਦੀਆਂ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਪੰਜਾਬ ਦੀ ਇਸ ਖੂਬਸੂਰਤ ਧਰਤੀ ਦੇ ਉੱਤੇ ਬਣੀਆਂ ਨੇ। ਇਹ ਫਿਲਮਾਂ ਨੂੰ ਬਣਾਉਣ ਦੇ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਜੋ ਲਾਈਨ ਪ੍ਰੋਡਿਊਸਰ ਹੁੰਦੇ ਨੇ, ਉਹਨਾਂ ਦੇ ਉੱਤਰੀ ਭਾਰਤ ਦੇ 5 ਸਟੇਟਾਂ ਦੀ ਐਸੋਸੀਏਸ਼ਨ ਹੈ, 5 ਆਬ ਲਾਈਨ ਪ੍ਰੋਡਿਊਸਰ ਐਸੋਸੀਏਸ਼ਨ, ਜਿਹਦੇ ਪ੍ਰਧਾਨ ਨੇ ਉੱਗੇ ਕਲਾਕਾਰ ਦਰਸ਼ਨ ਔਲਖ ਸਾਡੇ ਨਾਲ ਬਣੇ ਹੋਏ ਨੇ। 5 ਆਬ ਲਾਈਨ ਪ੍ਰੋਡਿਊਸਰ ਜੋ ਕਿ 5 ਸਟੇਟਾਂ ਦੀ ਐਸੋਸੀਏਸ਼ਨ ਹੈ, ਇਹ ਉਸਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਪੰਜਾਬ ਦੀ ਧਰਤੀ ਦੇ ਉੱਤੇ ਉਹ ਕਿਸੇ ਵੀ ਫਿਲਮ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ। ਇਹ ਇੱਕ ਰੋਸ ਹੈ ਜੋ ਬਾਲੀਵੁੱਡ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੀ ਇਸ ਕਿਸਾਨ ਅੰਦੋਲਨ ਤੋਂ ਆਪਣੇ ਆਪ ਨੂੰ ਅਭਿੱਜ ਨਾ ਸਮਝਣ। ਔਲਖ ਸਾਹਿਬ, ਪਹਿਲਾਂ ਇਸ ਫੈਸਲੇ ਬਾਰੇ ਦੱਸੋ ਅਤੇ ਕੀ ਇਹ ਫੈਸਲਾ ਤੁਸੀਂ ਇੰਟੋਟੈਲਿਟੀ ਜਿਹੜਾ ਲਿਆ ਹੈ? ਪਹਿਲਾਂ ਤਾਂ ਨੀਲ ਜੀ, ਤੁਹਾਡਾ ਅਤੇ ਤੁਹਾਡੇ ਚੈਨਲ ਸਕਾਈ ਨਿਊਜ਼ ਦਾ ਧੰਨਵਾਦ, ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ, ਪਿਆਰ ਦਿੱਤਾ, ਤੁਸੀਂ ਸਦਾ ਹੀ ਦਿੰਦੇ ਹੋ ਪਿਆਰ। ਅਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਸ਼ੂਟਿੰਗ ਦੇ ਬਾਰੇ, ਦੇਖੋ ਇੰਨਾ ਸਾਡੇ 'ਤੇ ਤਸ਼ੱਦਦ ਹੋ ਗਿਆ, ਅੱਜ 70 ਦਿਨ ਹੋ ਗਏ ਸਾਨੂੰ ਉੱਥੇ ਬੈਠਿਆ ਹੋਇਆ, ਸਾਡੇ ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ, ਸਾਡੀਆਂ ਮਾਵਾਂ ਭੈਣਾਂ, ਸਾਡਾ ਹਾਲ ਕੀ ਹੈ ਸੜਕਾਂ ਦੇ ਉੱਤੇ। ਲੋਕਾਂ ਨੂੰ ਲੱਗਦਾ ਪਤਾ ਨਹੀਂ ਕਿਤੇ ਉੱਥੇ ਲੰਗਰ ਲੱਗੇ ਆ ਜਾਂ ਕੀ ਉੱਥੇ ਲੋਕ ਨਜ਼ਾਰੇ ਲੈ ਰਹੇ ਨੇ, ਪਰ ਮੈਂ ਤਾਂ ਉੱਥੇ ਵਿਚਰ ਕੇ ਆਇਆ, ਦੇਖ ਕੇ ਪਹਿਲੇ ਦਿਨੋਂ ਇਸ ਮੂਵਮੈਂਟ ਨਾਲ ਚੱਲਿਆ ਹੋਇਆ ਕਿਸਾਨੀ ਦੇ ਨਾਲ, ਮਨ ਦੁਖਿਆ ਉੱਥੇ ਦੇ ਵੀ। ਸਾਡੇ ਜਿੰਨੇ ਕਲਾਕਾਰ ਸੀ ਪੰਜਾਬ ਦੇ, ਉਹਨਾਂ ਨੇ ਬਹੁਤ ਦਿਲੋਂ ਸਾਥ ਦਿੱਤਾ ਕਿਸਾਨੀ ਦਾ। ਬਾਲੀਵੁੱਡ ਦੇ ਇੱਕ ਵੀ ਬੰਦੇ ਨੇ, ਪ੍ਰਿਯੰਕਾ ਚੋਪੜਾ ਤਾਂ ਇੱਕ ਦੁੱਕਾ ਹੋਰਾਂ ਨੂੰ ਛੱਡ ਕੇ, ਜਾਂ ਦਲਜੀਤ ਤਾਂ ਖੈਰ ਚਲੋ ਉਹਦਾ ਹੈ ਹੀ ਆਪਣਾ, ਉਹਦਾ ਆਪਣਾ ਮੁੰਡਾ ਜੀ, ਇਹਨਾਂ ਨੂੰ ਛੱਡ ਕੇ ਕਿਸੇ ਬੰਦੇ ਨੇ ਸਾਡੇ ਹੱਕ ਦੇ ਵਿੱਚ ਕਿਸਾਨਾਂ ਦੇ ਹਾਂ ਦਾ ਨਾਰਾ ਨਹੀਂ ਮਾਰਿਆ, ਕਿਸੇ ਨੇ ਇੱਕ ਟਵੀਟ ਤੱਕ ਨਹੀਂ ਕੀਤਾ ਜੀ। ਈਵਨ ਮੈਂ ਸਨੀ ਦਿਓਲ ਸਾਡਾ ਜਿਹੜਾ ਹੈਗਾ ਪੰਜਾਬ ਦਾ ਮੈਂਬਰ ਪਾਰਲੀਮੈਂਟ ਜੀ, ਮੈਂਬਰ ਪਾਰਲੀਮੈਂਟ ਸਿੰਗਾ, ਜੰਪਲ ਵੀ ਉਹ ਤਾਂ ਪੰਜਾਬ ਦਾ ਹੀ ਹੈ, ਜੰਪਲ ਪਰਿਵਾਰ ਹੈ ਇੱਥੋਂ ਦਾ ਜੀ। ਉਹ ਇੱਕ ਖਾਲੀ ਇੰਨਾ ਹੀ ਕਹਿ ਦਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਖੜਾ,
ठीक है उसकी प्रॉब्लम होगी पार्टीबाजी की प्रॉब्लम हो सकती है पर इन्नी गल कहने च हर्ज की सी जी। अज लोग इत्थे आए दा माण सत्कार करदे अज लोगों के इन्नी विरोधता होगी। मेरे को जो दो तीन फिल्मों की गल चल रही सी मैं उन्होंने जो दस्या मैं कहा सी तां पंजाबी फिल्म की शूटिंग कर रहे थे पिंड वाले इकट्ठे होके आ गए सी जी भी जिहड़ा है शूटिंग तां होएगी जे बॉलीवुड की शूटिंग नहीं हैगी। तां मैं उन्होंने फिर जो दस्या फिर जो सानूं इहो जी महसूस होया भी वाकई जिहड़ा किसानां दे अंदर एक दर्द है जी फिर असीं साडी एसोसीएशन ने फैसला लिया भी ये उदों तक आपां जद तक किसानी बिल रद्द नहीं हुंदे क्योंकि देखो जे किसान अज सड़क ते बैठा है ते साडा भी एक हिस्सा बनदा उहनां दे नाल जिन्ने जोगे असीं हैगे आ। कोई गल नहीं कम तो पहले भी साल हो गया लॉकडाउन करके कोई है नहीं सीगा तो जिथे साडे किसान इन्ने औखे ने तो असीं भी उन्हां दे नाल औखे समय च नाल खड़ांगे उन्हां दा पूरा साथ देंगे जदों तक ये रू कानून रद्द नहीं होंदे उदों तक जिहड़ा असीं कोई भी बॉलीवुड फिल्म की इत्थे शूटिंग जिहड़ी आ उहनूं परमिशन नहीं होण देंगे। यही साडे सारां दा एक फैसला सीगा ਉਹ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ। ਇਹ ਕੇਵਲ ਪੰਜਾਬ ਵਾਸਤੇ ਹੈ ਜਾਂ ਦੂਜੀਆਂ ਜੋ ਸਟੇਟਾਂ ਤੁਹਾਡੇ ਨਾਲ ਨੇ ਚਾਰ ਸਟੇਟਾਂ ਉਹਨਾਂ ਵਾਸਤੇ ਵੀ ਹੈ ਉਹ ਕਿਹੜੀਆਂ ਕਿਹੜੀਆਂ ਸਟੇਟਾਂ ਨੇ? ਦੇਖੋ ਹਾਲ ਦੀ ਕੜੀ ਤਾਂ ਅਸੀਂ ਪੰਜਾਬ ਦਾ ਹੀ ਫੈਸਲਾ ਲਿਆ ਕਿਉਂਕਿ ਪੰਜਾਬ 'ਚ ਜ਼ਿਆਦਾ ਸ਼ੂਟਿੰਗ ਹੋ ਰਹੀਆਂ ਸੀਗੀਆਂ। ਬਾਕੀ ਸਟੇਟਾਂ ਦੇ ਵਿੱਚ ਹਿਮਾਚਲ ਵਗੈਰਾ ਜੀ ਇੱਕਾ ਦੁੱਕਾ ਗਾਣੇ ਗੁਣੇ ਕਰਦੇ ਨੇ ਉਹ ਅੱਜ ਕੱਲ੍ਹ ਜ਼ਿਆਦਾ ਸ਼ੂਟਿੰਗ ਨਹੀਂ ਹੋ ਰਹੀਆਂ ਜੀ। ਉਹਨਾਂ ਦੇ ਵਿੱਚ ਜਿਵੇਂ ਰਾਜਸਥਾਨ 'ਚ ਥੋੜ੍ਹਾ ਬਹੁਤ ਕੰਮ ਹੁੰਦਾ ਅਤੇ ਉਹਦੇ ਵਿੱਚ ਅਸੀਂ ਕਿਉਂਕਿ ਉਹਨਾਂ ਦੇ ਨਾਲ ਜਿਹੜੀ ਸੀ ਗੱਲਬਾਤ ਕੀਤੀ ਸੀ ਉਹਨਾਂ ਕੋਲ ਕੋਈ ਵਿਵਸਾਇ ਹੈ ਨਹੀਂ ਗਾ ਜੀ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਜ਼ੋਰ ਵੀ ਨਹੀਂ ਪਾਇਆ ਕਿਉਂਕਿ ਪੰਜਾਬ 'ਚ ਲੰਮਾ ਸਮਾਂ ਸ਼ੂਟਿੰਗ ਚੱਲਦੀਆਂ ਨੇ 30-30 40-40 50-50 ਦਿਨ ਦੀ ਸ਼ੂਟਿੰਗ ਹੁੰਦੀਆਂ ਨੇ ਲੰਮੇ ਸ਼ਡਿਊਲ ਹੁੰਦੇ ਨੇ ਇਸ ਕਰਕੇ ਅਸੀਂ ਇਹ ਸਾਰਿਆਂ ਨੇ ਫੈਸਲਾ ਲਿਆ ਵੀ ਜਦੋਂ ਤੱਕ ਇਹ ਨਹੀਂ ਆਪਣਾ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਸ਼ੂਟਿੰਗ ਵਾਸਤੇ ਬਾਲੀਵੁੱਡ ਨੂੰ ਜਿਹੜਾ ਇੱਥੇ ਐਂਟਰੀ ਨਹੀਂ ਦਾਂਗੇ। ਤੁਸੀਂ ਖੁਦ ਵੀ ਕਈ ਵਾਰ ਜਾ ਆਏ ਹੋ ਸਿੰਘੂ ਬਾਰਡਰ ਵੀ ਜਾ ਆਏ ਹੋ ਤੁਸੀਂ ਟਿਕਰੀ ਬਾਰਡਰ ਵੀ ਜਾ ਕੇ ਆਏ ਹੋ ਹੋਰ ਕਲਾਕਾਰਾਂ ਨਾਲ ਗੋਗੂ ਗਿੱਲੋਂ ਨਹੀਂ ਤੁਸੀਂ ਇਕੱਠੇ ਗਏ ਸੀ ਕੰਵਰ ਗਰੇਵਾਲ ਹਰਫ ਚੀਮਾ ਸਾਰਿਆਂ ਨਾਲ ਤੁਸੀਂ ਗਾਣੇ ਵੀ ਇੱਕ ਦੋ ਆਪਣੇ ਵੱਲੋਂ ਵੀ ਕੀਤੇ ਨੇ ਕੱਢੇ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਵੇਂ 70 ਦਿਨ ਹੋ ਗਏ ਨੇ ਹੁਣ ਇਹ ਲੱਗਦਾ ਹੈ ਕਿ ਮਸਲਾ ਹੱਲ ਹੋ ਸਕਦਾ ਹੈ ਜਾਂ ਫਿਰ ਇੱਕ ਅੰਦੋਲਨ ਦਾ ਭਵਿੱਖ ਕੀ ਹੋਏਗਾ ਜੋ ਮੈਂ ਸਿੱਧੇ ਤੌਰ 'ਤੇ ਪੁੱਛਣਾ ਚਾਹੁੰਦਾ ਤੁਸੀਂ ਮਹਿਸੂਸ ਕੀ ਕਰਦੇ ਹੋ? ਜਿਹੜਾ ਮੈਂ ਉੱਥੇ ਮਹਿਸੂਸ ਕੀਤਾ ਦੇਖੋ ਲੋਕਤੰਤਰ ਹੈ ਜੀ ਨੀਲ ਜੀ ਪਹਿਲੀ ਗੱਲ ਤਾਂ ਹੈ ਨਾ ਡੈਮੋਕ੍ਰੇਸੀ ਹੈ ਉਹਦੇ 'ਚ ਜਿੱਥੋਂ ਤੱਕ ਮੈਨੂੰ ਕਿਤੇ ਮਹਿਸੂਸ ਹੋਇਆ ਵੀ ਸਰਕਾਰ ਦਾ ਰਵੱਈਆ ਜਿਹੜਾ ਡਿਕਟੇਟਰਸ਼ਿਪ ਵਾਲਾ ਹੋ ਗਿਆ ਜੀ ਸਰਕਾਰ ਨੇ ਉੱਥੇ ਜਿਸ ਤਰ੍ਹਾਂ ਹੁਣ ਕੰਧਾਂ ਬਣਾਉਣੀਆਂ ਸ਼ੁਰੂ ਸਰੀਏ ਗੜ ਤੇ ਉਹਨਾਂ ਨੇ ਸਰੀਏ ਗੜ ਦਿੱਤੇ ਹੈ ਇਹ ਕਿਸ ਤਰ੍ਹਾਂ ਦੀਆਂ ਹਰਕਤਾਂ ਨੇ ਤੁਸੀਂ ਸਾਨੂੰ ਆਪਣੇ ਤੋਂ ਅਲੱਗ ਕਰਨਾ ਚਾਹੁੰਦੇ ਹੋ? ਆਪਾਂ ਇੱਕ ਪੰਜਾਬੀ 'ਚ ਕਹਾਵਤ ਆ ਵੀ ਗੁਆਂਢੀ ਚੰਦਰਾ ਹੋਵੇ ਅਤੇ ਜੇ ਉਹ ਆਪੇ ਕੰਧ ਕਰ ਲਏ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੁੰਦੀ ਆ ਜੀ ਵੀ ਚੱਲ ਚੰਗਾ ਹੋਇਆ ਕੰਮ ਨਿਬੜਿਆ। ਉਹੀ ਮੈਨੂੰ ਇਹਨਾਂ ਦਾ ਕੰਮ ਮਹਿਸੂਸ ਹੋ ਰਿਹਾ ਸੀ ਅੱਜ ਦੇਖ ਕੇ ਸੋਸ਼ਲ ਨੈਟਵਰਕ 'ਤੇ ਵੀ ਕਿਸ ਤਰ੍ਹਾਂ ਦੇ ਕੰਮਾਂ ਦੇ ਉੱਤੇ ਉੱਤਰ ਆਈ ਸਰਕਾਰ ਕਿਉਂਕਿ ਉਹਨਾਂ ਦਾ ਜੋ ਰਵੱਈਆ ਲੱਗ ਰਿਹਾ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਖਰਾਬ ਕਰਨਗੇ ਜੀ ਹੋਰ ਟਾਈਮ ਲੱਗ ਸਕਦਾ ਸਾਡੇ ਬਜ਼ੁਰਗ ਸਾਡੇ ਬਹੁਤ ਸਾਰਾ ਹੁਣ ਤਾਂ ਲੋਕ ਉੱਥੇ ਇੰਨੇ ਕੁ ਚਲੇ ਗਏ ਨੇ ਕਿਉਂਕਿ ਟਿਕੈਤ ਦੇ ਹੰਝੂਆਂ ਨੇ ਜਿਹੜਾ ਉੱਥੇ ਦਰਿਆ ਵਹਾਇਆ ਹੈ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਚਾਹੇ ਹਰਿਆਣਾ ਪਹਿਲਾਂ ਹਰਿਆਣਾ ਅਤੇ ਯੂਪੀ ਦੇ ਕਿਸਾਨ ਬਹੁਤ ਘੱਟ ਸੀ ਜੀ ਉਹ ਬਹੁਤ ਮਾਤਰਾ 'ਚ ਆ ਗਏ ਨੇ ਉੱਥੇ ਅਤੇ ਹੁਣ ਇਸ ਟਾਈਮ ਉੱਥੇ ਜਿਹੜਾ ਤਾਂ ਇਹ ਡਰ ਗਈ ਹੈ ਸਰਕਾਰ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਲਈ ਭਿਆਨਕ ਹੋਊਗਾ ਪਰ ਕਿਤੇ ਨਾ ਕਿਤੇ ਦੇਖੋ ਠੰਡ ਦਾ ਟਾਈਮ ਆ ਔਖਾ ਵੀ ਹੈ ਇੰਨੇ ਬਜ਼ੁਰਗਾਂ ਦਾ ਬੱਚਿਆਂ ਦਾ ਉੱਥੇ ਇੰਨੇ ਅੱਜ 70 ਦਿਨ ਹੋ ਗਏ ਜਿਵੇਂ ਮੈਂ ਗੱਲ ਕੀਤੀ ਹੈ ਵੀ 70 ਦਿਨਾਂ ਦੇ ਵਿੱਚ ਤੁਸੀਂ ਦੇਖੋ ਘਰ ਬਾਰ ਛੱਡ ਕੇ ਬਹਿਣਾ ਬੜਾ ਔਖਾ ਹੈ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਜੇ ਵੀ ਮੈਂ ਬੇਨਤੀਆਂ ਹੀ ਕਰਦਾ ਵੀ ਦੇਖੋ ਕਿਸਾਨੀ ਮਸਲਾ ਇਹਨੂੰ ਹੱਲ ਤੁਸੀਂ ਜਿਹੜਾ ਕਾਨੂੰਨ ਰੱਦ ਕਰ ਦਿਓ ਇਹਨਾਂ ਨੂੰ ਬਿਠਾ ਕੇ ਨਵੇਂ ਕਾਨੂੰਨ ਬਣਾ ਲਓ ਗੱਲ ਤਾਂ ਇੰਨੀ ਕੀ ਹੈ ਨਾ ਜੀ। ਪਰ ਇਹ ਅੰਦੋਲਨ ਦੇ ਵਿੱਚ ਤੁਸੀਂ ਇੱਕ ਚੀਜ਼ ਮਹਿਸੂਸ ਕੀਤੀ ਹੋਏਗੀ ਖਾਸ ਕਰ 26 ਜਨਵਰੀ ਦੀ ਜੋ ਘਟਨਾਕ੍ਰਮ ਵਾਪਰਿਆ ਉਸ ਤੋਂ ਬਾਅਦ ਵਖਰੇਵੇਂ ਬੜੇ ਪੈਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਬੜਾ ਮਾਰੂ ਸਾਬਤ ਹੋ ਸਕਦਾ ਸਾਡੇ ਬੰਦਿਆਂ ਵਾਸਤੇ? ਮੈਂ ਪਹਿਲਾਂ ਵੀ ਗੱਲ ਕਰਦਾ ਨਾ ਸਾਡੇ ਕੌਮ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਅਸੀਂ ਪਿੰਡ ਦੇ ਵਿੱਚ ਨਾ ਫੈਸਲਾ ਹੋ ਜਾਂਦਾ ਦੋ ਧਿਰਾਂ ਦੇ ਵਿੱਚ ਜੀ ਜਦੋਂ ਇਹ ਦਸਖਤ ਹੋਣ ਲੱਗਦੇ ਨਾ ਫੈਸਲੇ 'ਤੇ ਅਤੇ ਇੱਕ ਬੰਦਾ ਵਿੱਚੋਂ ਖੜਾ ਹੋ ਕੇ ਪਤਾ ਨਹੀਂ ਕੀ ਸੱਪ ਕੱਢਦਾ ਵੀ ਆਹ ਗੱਲ ਤਾਂ ਇਹ ਸੀਗੀ ਹੈ ਨਾ ਜੀ ਸਾਡੇ ਪੰਜਾਬੀਆਂ ਦੀ ਆਹ ਗੰਦੀ ਆਦਤ ਨਹੀਂ ਜਾਂਦੀ ਫਿਰ ਅਸੀਂ ਬਿਲਕੁਲ ਕਿਨਾਰੇ ਪਹੁੰਚੇ ਹੋਏ ਸੀ ਸਾਰਾ ਕੁਛ ਹੋ ਗਿਆ ਸੀ 26 ਜਨਵਰੀ ਦੀ ਜਿਹੜੀ ਪਰੇਡ ਸੀ ਉਹ ਬਹੁਤ ਵੱਡੀ ਪਰੇਡ ਹੋਣ ਵਾਲੀ ਸੀ ਬਹੁਤ ਤਕੜੇ ਇੰਤਜ਼ਾਮ ਲੋਕਾਂ ਨੇ 5-5, 4-4 ਲੱਖ ਰੁਪਏ ਟਰੈਕਟਰਾਂ 'ਤੇ ਲਾਤੇ ਬਿਲਕੁਲ ਪਹਿਲਾਂ ਤਾਂ ਮੈਂ ਜਥੇਬੰਦੀਆਂ ਵੱਲੋਂ ਕਹੂੰਗਾ ਵੀ ਇਹ ਫੈਸਲਾ ਹੀ ਗਲਤ ਸੀ ਜਦੋਂ ਅਸੀਂ ਸ਼ਾਂਤ ਵੀ ਬੈਠੇ ਸੀ ਸਾਨੂੰ ਕੀ ਲੋੜ ਸੀ ਦਿੱਲੀ ਜਾਣ ਦੀ ਕਿਉਂਕਿ ਦਿੱਲੀ ਪੁਲਿਸ ਦਾ ਰਵੱਈਆ ਪਹਿਲਾਂ ਹੀ ਚੰਗਾ ਨਹੀਂ ਰਿਹਾ ਸਾਡੇ ਨਾਲ ਜੀ ਅਤੇ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਸੀ ਇਹਨਾਂ ਨਾਲ ਸਾਰਾ ਕੁਛ ਲਿਖ ਪੜ੍ਹ ਕਰਕੇ ਉਸ ਦੇ ਬਾਵਜੂਦ ਰੂਟ ਬਦਲ ਦਿੱਤੇ ਗਏ ਜੋ ਕੁਛ ਵੀ ਹੋਇਆ ਬੜਾ ਮਦਭਾਗਾ ਸੀ ਇਹਦੇ ਵਿੱਚ ਸਾਡਾ ਜਿਹੜਾ ਯੂਥਾਂ ਨੂੰ ਯੂਜ਼ ਕਰ ਲਿਆ ਉਹਨਾਂ ਨੇ ਜੀ ਯੂਜ਼ ਕਰਨ ਤੋਂ ਬਾਅਦ ਮਿਸਯੂਜ਼ ਕਰ ਲਿਆ ਮਿਸਯੂਜ਼ ਅਤੇ ਉਹ ਤੋਂ ਬਾਅਦ ਸਾਡਾ ਜੋ ਉਹਨਾਂ ਨੇ ਹਾਲਾਤ ਬਣਾ ਦਿੱਤੇ ਅੱਜ ਦੇ ਸਮੇਂ ਸਾਡਾ 200-250 ਬੱਚਾ ਜਿਹੜਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਬਿਨਾਂ ਕਿਸੇ ਗੱਲ ਦੇ
ਉਹ ਸਿਰਫ ਦਿੱਲੀ 'ਚ ਟਰੈਕਟਰ ਲੈ ਕੇ ਗਿਆ ਸੀ। ਉਹਨਾਂ ਨੇ ਨਾ ਤਾਂ ਉੱਥੇ ਕੋਈ ਤੋੜ ਭੰਨ ਕੀਤੀ ਹੈ, ਨਾ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਪਹੁੰਚਾਇਆ। ਉਹਨਾਂ 'ਤੇ ਪਤਾ ਨਹੀਂ ਕੀ ਧਾਰਾ ਲਾ ਦਿੱਤੀਆਂ। ਮੈਨੂੰ ਸ਼ਰਮ ਆਉਂਦੀ ਇਸ ਕੰਟਰੀ ਦੇ ਵਿੱਚ ਰਹਿੰਦੇ ਹੋਏ ਵੀ ਸਾਡੇ ਹੀ ਲੋਕ ਜਿਹੜੇ ਕਿਸਾਨਾਂ ਦਾ ਅੰਨ ਖਾ ਰਹੇ ਨੇ, ਸਾਡੇ ਕਿਸਾਨਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰ ਰਹੇ ਆ। ਹੁਣ ਮੋਗੇ ਦੇ 12 ਮੁੰਡੇ ਛੋਟੀ ਛੋਟੀ ਉਮਰ ਦੇ ਬੱਚੇ, ਦੱਸੋ ਯਾਰ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਚੱਕ ਕੇ ਲਿਜਾ ਸਕਦੇ ਹੋ ਜੇ ਉਹਨਾਂ ਨੇ ਤੁਹਾਡੇ ਕੋਲ ਰਾਹ ਪੁੱਛਿਆ। ਸਾਡੀ ਜੇ ਪੁਲਿਸ ਇੱਥੋਂ ਦੀ ਜਿਹੜਾ ਕਿਸਾਨ ਦਾ ਅਨਾਜ ਖਾਂਦੀ ਹੈ, ਇੱਥੋਂ ਦਾ ਰਹਿਣ ਵਾਲੀ ਆ, ਇੱਥੋਂ ਦੇ ਸਾਡੇ ਦਿੱਤੇ ਫੰਡਾਂ 'ਚੋਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ, ਉਹ ਲੋਕ ਸਾਡੇ ਨਾਲ ਰਵੱਈਆ ਕਰ ਰਹੇ ਨੇ ਜੀ। ਔਲਖ ਸਾਹਿਬ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੇਕਰ ਅੰਦੋਲਨ ਲੰਮਾ ਚੱਲਦਾ ਹੈ, ਸਰਕਾਰ ਦਾ ਅੜੀਅਲ ਰਵੱਈਆ ਜਿਹੜਾ ਹੈਗਾ ਆਪਾਂ ਨੂੰ ਨਹੀਂ ਲੱਗ ਰਿਹਾ ਕਿ ਇਹ ਕਿਸੇ ਪਾਸੇ ਆਉਣਗੇ, ਤਾਂ ਤੁਸੀਂ ਕੋਈ ਫਾਰਮੂਲਾ ਡਿਸਕਸ ਕਰ ਰਹੇ ਸੀ। ਹਾਲਾਂਕਿ ਹੈ ਤਾਂ ਆਪਾਂ ਜਸਟ ਇੱਕ ਅੰਦੋਲਨ ਦੇ ਮੁਕਾਬਲੇ 'ਚ ਇੱਕ ਵੱਡੀ ਹੋਰ ਤਰ੍ਹਾਂ ਦੀ ਗੱਲ ਹੈ, ਪਰ ਮੇਰੇ ਖਿਆਲ 'ਚ ਡਿਸਕਸ ਆਪਾਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ। ਉਹ ਮੇਰਾ ਫਾਰਮੂਲਾ ਇਹ ਸੀ, ਦੇਖੋ ਜੇ ਸਰਕਾਰਾਂ ਦਾ ਕਈ ਵਾਰ ਡਿਕਟੇਟਰਸ਼ਿਪ ਵਾਲਾ ਰਵੱਈਆ, ਅੜੀਅਲ ਰਵੱਈਆ ਹੁੰਦਾ ਨੀਲ ਜੀ, ਤਾਂ ਮੈਨੂੰ ਲੱਗਦਾ ਵੀ ਕਿਸਾਨਾਂ ਨੂੰ ਕੁਛ ਨਾ ਕੁਛ, ਦੇਖੋ ਇਹਨਾਂ ਕੋਲ ਕੋਈ ਆਪਸ਼ਨ ਹੈਗਾ ਤਾਂ ਜਾਂ ਤਾਂ ਦੱਸਣ ਇਹ। ਪਰ ਮੇਰਾ ਇੱਕ ਸੁਝਾਅ ਹੈ ਇਹਨਾਂ ਤੱਕ, ਜਥੇਬੰਦੀਆਂ ਔਰ ਸਾਰੇ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਹੈਗੇ ਜਿਹੜੇ ਕਿਸਾਨੀ ਮੁੱਦੇ ਨਾਲ ਜੁੜੇ ਹੋਏ ਆ, ਪਹਿਲੀ ਗੱਲ ਤਾਂ ਮੈਂ ਦੱਸੂਗਾ, ਜਿਵੇਂ ਤੁਸੀਂ ਗੱਲ ਕਰ ਰਹੇ, ਕਿਸਾਨੀ ਦਾ ਮੁੱਦਾ ਨਹੀਂ ਹੈਗਾ। ਕਿਸਾਨ ਤਾਂ ਆਪਦੀਆਂ 4 ਬੋਰੀਆਂ ਕੱਢ ਕੇ ਆਪਦੀ ਰੋਟੀ ਖਾ ਲੂਗਾ ਸਸਤੇ ਭਾਅ 'ਚ। ਇਹ ਜਿਹੜੇ ਸ਼ਹਿਰੀ ਵਰਗ ਨੇ ਜਿਹੜਾ ਇਹਦੇ ਵਿੱਚ ਪੀਸਿਆ ਜਾਣਾ, ਉਹਨਾਂ ਨੂੰ ਪਤਾ ਨਹੀਂ ਹੈਗਾ, ਜਿਹੜੇ ਲੋਕ ਅਜੇ ਤੱਕ ਸਾਡੇ ਨਾਲ ਨਹੀਂ ਗਏ ਜੀ। ਇਹਦਾ ਅਗਲਾ ਫਾਰਮੂਲਾ ਜਿਹੜਾ ਮੈਂ ਇਹ ਸੋਚਦਾ ਸੀ ਵੀ ਅਸੀਂ ਜੋ ਕਿਸਾਨ ਨੇ ਉਹ 3 ਸਾਲਾਂ ਵਾਸਤੇ ਪੂਰੇ ਹਿੰਦੁਸਤਾਨ ਦੇ ਕਿਸਾਨ ਕੋਈ ਵੀ ਫਸਲ ਜਿਹੜੀ ਬੀਜਣ ਨਾ ਖੇਤਾਂ ਦੇ ਵਿੱਚ, ਉਹਨਾਂ ਕੋਲ ਆਪਣੇ ਬੀਜਣ ਵਾਸਤੇ ਜਿਹੜਾ ਕਿੱਲਾ ਅੱਧਾ ਕਿੱਲਾ ਜੋ ਵੀ ਬੀਜ ਕੇ ਆਪਣੇ ਵਾਸਤੇ ਉਹ ਅੰਨ ਉਗਾਉਣ, ਅਤੇ ਪਿੰਡ ਦੇ ਵਿੱਚ ਜਿਹੜਾ ਹੈਗਾ ਇਕੱਠਾ ਇੱਕ ਜਗ੍ਹਾ ਦੇ ਉੱਤੇ ਰੋਟੀ ਪੱਕੇ 2 ਟਾਈਮ, ਉੱਥੇ ਹੀ ਸਾਰਾ ਕੁਛ ਹੋਵੇ, ਉੱਥੇ ਹੀ ਲੋਕ ਬੈਠਣ, ਜੋ ਵੀ ਦੁੱਖ ਸੁੱਖ ਆ ਉੱਥੇ ਸਾਂਝਾ ਕਰਨ। ਠੀਕ ਹੈ ਨਾ ਜੀ, ਇੱਕ ਨਮਕ ਲੈਣਾ ਪੈਂਦਾ ਸਾਨੂੰ ਬਾਹਰ ਤੋਂ, ਨਮਕ ਵੀ ਛੱਡ ਦਿਓ ਤੁਸੀਂ, ਵੈਸੇ ਵੀ ਬੀਪੀ ਆਈ ਹੁੰਦਾ ਨਮਕ ਖਾ ਕੇ, ਉਹ ਖਾਣਾ ਹੀ ਨਹੀਂ ਚਾਹੀਦਾ, ਬੀਪੀ ਪਹਿਲਾਂ ਹੀ ਬਹੁਤ ਹਾਈ ਆ ਸਾਡੇ ਬੰਦੇ। ਸ਼ਹਿਰ ਦੇ ਲੋਕਾਂ ਨੂੰ ਤੁਸੀਂ 1 ਲੀਟਰ ਵੀ ਦੁੱਧ ਨਾ ਦਿਓ, ਸ਼ਹਿਰ ਦੇ ਲੋਕਾਂ ਦੇ ਕੁਛ ਵੀ ਨਾ ਪੁੱਛਦਾ ਕਰੋ। ਇਹਨਾਂ ਦੇ ਨਾ ਮੈਂ ਕਹਿੰਦਾ ਅੱਖਾਂ ਬਾਹਰ ਆ ਜਾਣਗੀਆਂ ਮੋਦੀ ਹੋਣਾਂ ਦੀਆਂ, ਇਹਨਾਂ ਨੂੰ ਪਤਾ ਲੱਗ ਜੂਗਾ ਕਿਸਾਨੀ ਕੀ ਹੈ। ਅੱਜ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ, ਖਾਲਿਸਤਾਨੀ ਕਹਿ ਰਿਹਾ, ਇਹਨਾਂ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਦੀ ਅਹਿਮੀਅਤ ਕੀ ਸੀ ਅੰਨਦਾਤੇ ਦੀ। ਇਹ ਇੱਕ ਵਧੀਆ ਫਾਰਮੂਲਾ ਹੈਗਾ। ਮੈਂ ਕਿਸਾਨ ਜਥੇਬੰਦੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਵੀ ਆਪਾਂ 3 ਤੋਂ 5 ਸਾਲ ਦਾ ਪੀਰੀਅਡ ਲੈ ਕੇ ਚੱਲੋ, ਅਤੇ ਇੱਕ ਜਿਹੜੇ ਸਾਡੇ NRI ਭਰਾ ਨੇ ਬਾਹਰ ਬੈਠੇ ਸਾਡੀ ਬਹੁਤ ਮਦਦ ਕਰ ਰਹੇ ਨੇ, ਉਹਨਾਂ ਨੂੰ ਬੇਨਤੀ ਕਰੂੰਗਾ ਵੀ ਹਾਲ ਦੀ ਘੜੀ ਅਸੀਂ ਐਸਾ ਕੋਈ ਐਪ ਬਣਾ ਲਈਏ, ਤੁਸੀਂ ਉਹਦੇ ਵਿੱਚ ਜਿਹੜੀ ਪੈਸੇ ਪਾਉਣੇ ਪਾਓ, ਜੇ ਕਿਸੇ ਕਿਸਾਨ ਦੀ ਕੋਈ ਬਿਮਾਰ ਹੋ ਜਾਂਦਾ ਹੈ, ਕਿਸੇ ਦਾ ਕੋਈ ਬੱਚੇ ਦਾ ਵਿਆਹ ਹੈ, ਉਹਦੀ ਆਪਾਂ ਕੋਈ ਮਾਲੀ ਮਦਦ ਕਰਨੀ ਹੈ, ਅਤੇ ਉਹ ਆਪਾਂ ਉਹਦੇ ਨਾਲ ਕਰਕੇ ਉਹ ਸਾਰਾ ਤਾਂ ਟਰਾਂਸਪੇਰੈਂਟ ਹੋਊਗਾ, ਉਹਦੇ ਵਿੱਚ ਕੋਈ ਕੱਲ੍ਹ ਨੂੰ ਰੌਲਾ ਨਹੀਂ ਪਾ ਸਕਦਾ ਵੀ ਐਂ ਹੋ ਗਿਆ ਐਂ ਹੋ ਗਿਆ। ਉਸ ਤਰ੍ਹਾਂ ਦਾ ਇੱਕ ਆਪਾਂ ਸਾਂਝਾ ਕਦਮ ਚੱਕ ਲਈਏ, ਅਤੇ ਆਪਾਂ ਉੱਥੋਂ 10 ਦਿਨਾਂ ਦਾ ਸਰਕਾਰ ਨੂੰ ਅਲਟੀਮੇਟਮ ਦਈਏ ਵੀ ਜੇ ਤੁਸੀਂ ਕਾਨੂੰਨ ਜਿਹੜੇ ਰੱਦ ਨਹੀਂ ਕਰਦੇ ਤਾਂ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ ਵੀ ਅਸੀਂ ਆਉਣ ਵਾਲੇ 10 ਦਿਨਾਂ ਬਾਅਦ ਜਿਹੜਾ ਹੈਗਾ ਵਾਪਸ ਮੁੜ ਜਾਵਾਂਗੇ ਇੱਥੋਂ, ਅਤੇ ਅਸੀਂ ਜਾ ਕੇ ਖੇਤੀ ਬਿਲਕੁਲ ਬੰਦ ਕਰ ਦਿੰਦੇ ਜੀ। ਬਿਲਕੁਲ, ਦੇਖੋ ਹਾਲਾਂਕਿ ਇਹ ਇੱਕ ਵਿਚਾਰ ਹੈ ਜਿਹੜਾ ਤੁਸੀਂ ਪੇਸ਼ ਕੀਤਾ ਹੈ, ਪਰ ਇਹ ਹੈ ਕਿ ਮੋਰਚਾ ਜਿਸ ਤਰੀਕੇ ਨਾਲ ਚੱਲ ਰਿਹਾ ਅੱਗੇ, ਜਿਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਅੱਗੇ ਚੱਲ ਰਿਹਾ ਹੈ, ਤਾਂ ਇਹ ਲੱਗ ਸਕਦਾ ਹੈ ਕਿ ਕਈ ਤਰ੍ਹਾਂ ਦੀਆਂ ਰਣਨੀਤੀਆਂ, ਕਈ ਤਰ੍ਹਾਂ ਦੇ ਦਾਅ ਪੇਚ ਹੁਣ ਸੰਘਰਸ਼ਸ਼ੀਲ ਕਿਸਾਨਾਂ ਨੂੰ ਵੀ ਅਪਣਾਉਣੇ ਪੈਣਗੇ। ਜਿਸ ਤਰ੍ਹਾਂ ਦਾ ਤੁਸੀਂ ਇਹ ਸੁਝਾਅ ਇੱਕ ਰੱਖ ਰਹੇ ਹੋ, ਇਸ ਤਰ੍ਹਾਂ ਦੇ ਹੋਰ ਵੀ ਫਾਰਮੂਲੇ ਆ ਸਕਦੇ ਨੇ, ਤਾਂ ਕਿ ਉਹ ਵਰਗ ਜਿਹੜਾ ਹਾਲੇ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ, ਜੋ ਹਾਲੇ ਇਹ ਕਾਨੂੰਨਾਂ ਨੂੰ ਸਮਝ ਨਹੀਂ ਪਾ ਰਿਹਾ ਜਿਹੜੇ ਨਵੇਂ ਬਣੇ ਨੇ, ਕਿ ਇਹਨਾਂ ਨਾਲ ਕਿਸ ਤਰ੍ਹਾਂ ਮਾਰਕੀਟਾਂ ਖਤਮ ਹੋ ਜਾਣਗੀਆਂ, ਛੋਟੇ ਦੁਕਾਨਦਾਰ ਖਤਮ ਹੋ ਜਾਣਗੇ, ਕਿਸ ਤਰ੍ਹਾਂ ਆਮ ਲੋਕਾਂ ਨੂੰ ਜਿਹੜਾ ਹੈਗਾ ਮਜਬੂਰ ਹੋਣਾ ਪੈ ਜਾਏਗਾ ਕਿ ਕੁਝ ਵੱਡੀਆਂ 2-4 ਜਿਹੜੀਆਂ ਹੈਗੀਆਂ ਕਾਰਪੋਰੇਟ ਦੁਕਾਨਾਂ ਨੇ ਉਹਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਣਗੇ ਉਹ, ਅਤੇ ਉਹਨਾਂ ਦੇ ਮਨਮਰਜ਼ੀ ਦੇ ਰੇਟ ਉੱਥੇ ਲੱਗਿਆ ਕਰਨਗੇ। ਤੁਹਾਡੇ ਸਾਥੀ ਕਲਾਕਾਰ ਜਿਨ੍ਹਾਂ 'ਚ ਸੋਨੀਆ ਮਾਨਵੀ ਨੇ, ਉਹਨਾਂ ਨੂੰ ਕੁਝ ਧਮਕੀਆਂ ਵੀ ਆਈਆਂ ਨੇ, ਉਹਨਾਂ ਨੂੰ ਉੱਥੇ ਮੇਰੇ ਖਿਆਲ 'ਚ ਟਿਕਰੀ ਬਾਰਡਰ ਦੇ ਉੱਤੇ ਬੈਠੇ ਨੇ ਉਹ, ਮਾਈ ਭਾਗੋ ਉਹਨਾਂ ਨੇ ਕੋਈ ਬਣਾਇਆ ਸ਼ੈੱਡ ਬਣਾਇਆ ਹੋਇਆ ਹੈ, ਤੁਹਾਡੀ ਕੋਈ ਗੱਲ ਹੋਈ ਉਹਨਾਂ ਨਾਲ, ਕੀ ਮਸਲਾ ਸੀ? ਹਾਂ, ਉਹ ਵਿਚਾਰੀ ਅਪਸੈਟ ਸੀ, ਉਹ ਦੇਖੋ ਉਹਨਾਂ ਦੇ ਪਿਤਾ ਜੀ ਨੂੰ ਵੀ 1990 'ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਕਿਸਾਨ ਆਗੂ ਸੀ ਉਹਨਾਂ ਦੇ ਪਿਤਾ ਜੀ ਬਲਦੇਵ ਸਿੰਘ ਮਾਨ। ਦੇਖੋ ਉਹ ਵਿਚਾਰੀ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਔਰਤ ਹੋਣ ਦੇ ਬਾਵਜੂਦ ਵੀ ਉਹਨੇ ਆਪਣਾ ਜਿੰਨਾ ਤਨ ਮਨ ਧਨ ਨਾਲ ਉੱਥੇ ਇੱਕ ਸ਼ੈੱਡ ਬਣਾਇਆ ਔਰਤਾਂ ਵਾਸਤੇ, ਜੋ ਵੀ ਸੇਵਾ ਨਿਭਾ ਰਹੀ ਹੈ, ਆਪਣੇ ਸਾਰੇ ਕੰਮ ਛੱਡੀ ਬੈਠੀ ਹੈ ਬੰਬੇ ਤੋਂ ਸ਼ੂਟਿੰਗਸ ਵਗੈਰਾ ਸਾਰਾ। ਦੇਖੋ ਅੱਜ ਜੋ ਤੁਹਾਡੇ ਨਾਲ ਤਾਂ ਵਿਚਰ ਰਹੀ ਹੈ ਨਾ, ਜਿਹੜੇ ਲੋਕ ਸਾਡੇ ਬਾਹਰ ਬੈਠੇ ਨੂੰ ਧਮਕੀਆਂ ਦਿੰਦੇ ਆ, ਉਹ ਵੀ ਮਾਵਾਂ ਭੈਣਾਂ ਵਾਲੇ, ਇੱਜ਼ਤ ਵਾਲੇ। ਪਹਿਲੀ ਗੱਲ ਤਾਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਇਹ ਧਮਕੀਆਂ ਦੇਣ ਵਾਲਾ ਕੰਮ ਕੀ ਕਰਦੇ ਹੋ।
ਬਾਹਰ ਬਹਿ ਕੇ ਰਜਾਈਆਂ ਦੇ ਵਿੱਚ ਬੈਠ ਕੇ ਫੋਨ ਕਰ ਦੇਣਾ ਕਿਸੇ ਨੂੰ, ਹੈ ਨਾ, ਤੁਸੀਂ ਆ ਕੇ ਇੱਥੇ ਟਰਾਲੀਆਂ 'ਚ ਬੈਠੋ ਨਾ, ਦਸ ਕੁ ਦਿਨ ਤੁਹਾਨੂੰ ਪਤਾ ਲੱਗੇ ਵੀ ਅਸੀਂ ਯਾਰ ਸੰਘਰਸ਼ ਕਰ ਰਹੇ ਹਾਂ। ਅਸੀਂ ਸਾਰੇ ਜਿਹੜੇ ਹੈਗੇ ਕਲਾਕਾਰਾਂ ਨੇ ਸਾਥ ਦਿੱਤਾ, ਹਾਲ ਦੀ ਘੜੀ ਕੁਛ ਬੋਲਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ। ਇਹ ਸ਼ਿਕਵੇ ਗਿਲੇ ਜਿਹੀਆਂ ਗਾਲਾਂ ਗਲੋਚ ਕਰਨੀਆਂ ਤੁਸੀਂ ਵਿਹਲੇ ਟਾਈਮ ਕੱਢ ਲਿਓ, ਆਪਦੀ ਫਰਸਟ੍ਰੇਸ਼ਨ ਕੱਢ ਲਿਓ ਬਾਹਰ। ਹਾਲ ਦੀ ਘੜੀ ਤੁਸੀਂ ਕਿਸਾਨੀ ਦਾ ਇੱਕੋ ਹੀ ਮਸਲਾ, ਸਾਡਾ ਮਸਲਾ ਰੋਟੀ ਦਾ ਅਤੇ ਮਿੱਟੀ ਦਾ। ਬਿਲਕੁਲ, ਮਿੱਟੀ ਅਤੇ ਰੋਟੀ ਤੋਂ ਅੱਗੇ ਦੀ ਕੋਈ ਬੰਦਾ ਗੱਲ ਨਾ ਕਰੇ। ਮੈਂ ਤਾਂ ਇਹ ਹਰ ਵਾਰੀ ਕਹਿੰਦਾ, ਅੱਜ ਤੁਹਾਡੇ ਮਾਧੇ ਨਾਲ ਵੀ ਕਹਿੰਦਾ ਵੀ ਇਸ ਤੋਂ ਅੱਗੇ ਨਾ ਜਾਓ। ਫੇਸਬੁੱਕ 'ਤੇ ਤੁਸੀਂ ਦੇਖੋ, ਲੋਕਲ ਸੋਸ਼ਲ ਨੈਟਵਰਕ ਦੇਖੋ, ਗਾਲੀ ਗਲੋਚ ਹੋਇਆ ਪਿਆ। ਬਿਲਕੁਲ ਯਾਰ, ਕੀ ਗਲਤੀ ਕਿਸੇ ਤੋਂ ਵੀ ਕਿਤੇ ਵੀ ਹੋ ਸਕਦੀ ਹੈ। ਜਥੇਬੰਦੀਆਂ ਨੇ ਜੇ ਗਲਤ ਡਿਸੀਜਨ ਲੈ ਲਿਆ 26 ਦਾ, ਤਾਂ ਉਹਦੇ ਵਿੱਚ ਤਾਂ ਸਾਰੇ ਇਨਵੋਲਵ ਸੀ ਨਾ। ਬਿਲਕੁਲ, ਕਿੰਨਾ ਚਾਹ ਸੀ ਸਾਰਿਆਂ ਦੇ ਅੰਦਰ। ਜੇ ਉਹਨੂੰ ਤੋੜਨ ਦਾ ਯਤਨ ਕੀਤਾ, ਸਰਕਾਰਾਂ ਨੇ ਹੱਥਕੰਡੇ ਅਪਣਾ ਕੇ ਸਾਰਾ ਕੁਛ ਕੀਤਾ, ਉਹਦੇ ਵਿੱਚ ਸਾਰਿਆਂ ਨੂੰ ਕਲੀਅਰ ਜੀ। ਵੀਡੀਓ ਆ ਗਏ ਹੁਣ ਤਾਂ ਜੀ ਜੀ, ਆਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਰਿਹਾ। ਦਰਸ਼ਨ ਔਲਖੁਨਾ ਨਾਲ ਅਸੀਂ ਗੱਲਬਾਤ ਕੀਤੀ ਹੈ, ਨਾਮਵਰ ਕਲਾਕਾਰ ਨੇ, ਤੁਸੀਂ ਬਹੁਤ ਵੱਡੀਆਂ ਵੱਡੀਆਂ ਵੀਰ ਜਾਰਾ ਫਿਲਮ, ਬਜਰੰਗੀ ਬਾਈਜਾਨ ਫਿਲਮ, ਹੋਰ ਕਿੰਨੀਆਂ ਤੁਸੀਂ ਬੇਸ਼ੁਮਾਰ ਫਿਲਮਾਂ 'ਚ ਇਹਨਾਂ ਨੂੰ ਦੇਖਿਆ ਹੈ। ਇਹਨਾਂ ਦੀ ਜਥੇਬੰਦੀ ਹੈ ਜੋ ਕਿ 5 ਸਟੇਟਾਂ 'ਤੇ ਆਧਾਰਿਤ ਹੈ ਹਾਲਾਂਕਿ, ਪਰ ਉਹਨੇ ਪੰਜਾਬ ਦੇ ਬਾਰੇ ਫੈਸਲਾ ਲਿੱਤਾ। 5 ਆਬ ਲਾਈਨ ਪ੍ਰੋਡਿਊਸਰਸ ਐਸੋਸੀਏਸ਼ਨ ਹੈ, ਜਿਹੜੇ ਸ਼ੂਟਿੰਗਾਂ ਜਦੋਂ ਤੁਸੀਂ ਕਰਦੇ ਹੁੰਦੇ ਹੋ ਤਾਂ ਉਹ ਸ਼ੂਟਿੰਗਾਂ ਕਰਨ ਦਾ ਜੋ ਸਾਰਾ ਤਾਮ ਝਾਮ ਹੈ, ਜਿਹੜਾ ਉਹ ਇਹਨਾਂ ਦੇ ਸਿਰ ਦੇ ਉੱਤੇ ਹੁੰਦਾ। ਇਹਨਾਂ ਦੇ ਮੋਢਿਆਂ ਦੇ ਉੱਤੇ ਬੰਬੇ ਤੋਂ ਆ ਕੇ ਲੋਕ ਇੱਥੇ ਸ਼ੂਟਿੰਗਾਂ ਕਰਕੇ ਜਾਂਦੇ ਨੇ ਵੱਡੀਆਂ ਵੱਡੀਆਂ ਫਿਲਮਾਂ ਦੀਆਂ। ਇਹਨਾਂ ਨੇ ਪੰਜਾਬ ਦੇ ਵਿੱਚ ਉਦੋਂ ਤੱਕ ਸ਼ੂਟਿੰਗਾਂ 'ਤੇ ਪਾਬੰਦੀ, ਜਾਂ ਇਹਨਾਂ ਨੇ ਖੁਦ ਕੰਮ ਨਾ ਕਰਨ ਦਾ ਫੈਸਲਾ ਲਿਆ ਰਲ ਕੇ, ਜਿੰਨੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ, ਜਦੋਂ ਤੱਕ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਹੋ ਜਾਂਦੇ, ਜਾਂ ਕਹਿ ਲਓ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਜਿਹੜਾ ਉਹ ਫਤਿਹ ਨਹੀਂ ਹੋ ਜਾਂਦਾ। ਔਲਖ ਸਾਹਿਬ, ਬਹੁਤ ਸ਼ੁਕਰੀਆ ਸਾਡੇ ਨਾਲ। ਦਿਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਬੁਲਾਇਆ ਮੈਨੂੰ, ਧੰਨਵਾਦ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।